ਸਤਿ ਸ਼੍ਰੀ ਅਕਾਲ ਜੀ, ਮੈਂ ਸਨੀਮਾਨ। ਅੱਜ ਮੈਂ ਖੜ੍ਹਾ ਪਿੰਡ ਰਾਏਪੁਰ ਦੇ ਏਰੀਏ ਦੇ ਵਿੱਚ। ਰਾਏਪੁਰ ਤੋਂ ਜਦੋਂ ਬਣਾਵਾਲੀ ਨੂੰ ਜਾਂਦੇ ਰਸਤੇ ਵਿੱਚ ਇਹਦਾ ਫਾਟਕ ਪੈਂਦਾ, ਰੇਲਵੇ ਲਾਈਨ ਦਾ ਫਾਟਕ ਪੈਂਦਾ। ਇਸ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ। ਮੈਂ ਕੱਲ੍ਹ ਇੱਥੋਂ ਲੰਘ ਰਿਹਾ ਸੀ, ਕੋਈ ਪੇਸ਼ੈਂਟ ਸੀਗਾ, ਮਰੀਜ਼ ਸੀਗਾ ਇੱਕ ਗੱਡੀ ਦੇ ਵਿੱਚ ਸੀਗਾ, ਅਤੇ ਉਸ ਤੋਂ ਬਾਅਦ ਫਾਟਕ ਲੱਗ ਗਿਆ। ਉਹਨਾਂ ਨੂੰ ਇੰਨਾ ਜ਼ਿਆਦਾ ਜਿਹੜਾ ਮਰੀਜ਼ ਤੰਗ ਸੀਗਾ, ਉਹਨਾਂ ਨੂੰ ਵੇਟ ਕਰਨੀ ਪਈ। ਜਿਹੜੇ ਉਹ ਪੇਸ਼ੈਂਟ ਮਰੀਜ਼ ਸੀਗੇ ਉਹਨਾਂ ਨੇ ਵੀ ਬਹੁਤ ਦੁਖੀ ਸੀਗੇ। ਉਹਨਾਂ ਨੇ ਵੀ ਕਿਹਾ ਕਿ ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ। ਹੋਰ ਵੀ ਬਹੁਤ ਸਾਰੇ ਜਿਵੇਂ ਆਹ ਆਏ ਆ, ਇਹ ਬੰਦਾ ਜਿਹੜਾ ਇਹ ਰੋਜ਼ ਲੰਘਦਾ ਇੱਥੋਂ। ਇਹ ਜਿਹੜਾ ਕਿੰਨਾ ਕਿੰਨਾ ਕੁ ਮੁਸ਼ਕਲ ਆਉਂਦੀ ਜਦੋਂ ਇੱਥੇ ਫਾਟਕ ਲੱਗ ਜਾਂਦਾ। ਜਦੋਂ ਆਉਣੇ ਆ ਜੀ, ਅਸੀਂ ਕਈ ਵਾਰੀ ਫਾਟਕ ਲੱਗਿਆ ਹੁੰਦਾ, ਸਾਨੂੰ ਇੱਥੇ ਅੱਧਾ ਅੱਧਾ ਘੰਟਾ ਖੜਨਾ ਪੈਂਦਾ, ਤੇ ਆਹ ਗੇਟ ਕੋਲੇ ਹੋਣ ਕਰਕੇ ਗੱਡੀ ਹੌਲੀ ਬਹੁਤ ਚੱਲਦੀ ਹੈਗੀ, ਤਾਂ ਕਰਕੇ ਇਹਦੀ ਤਕਲੀਫ ਬਹੁਤ ਆਈ ਸਾਨੂੰ ਇੱਥੇ ਪਿੰਡ। ਮੈਂ ਡਿਊਟੀ ਤੇ ਆਉਣਾ ਇੱਥੇ ਰੋਜ਼ ਦੀ ਰੋਜ਼, ਤੇ ਜਦੋਂ ਆਉਣੇ ਆ ਫਾਟਕ ਲੱਗਿਆ ਲਗਾ ਹੀ ਹੁੰਦਾ ਜੀ। ਹਾਂ ਦੇਖੋ, ਜਿਵੇਂ ਇੱਥੋਂ ਦੇ ਨਾ ਕੀ ਹੋਇਆ ਸੀਗਾ, ਜਦੋਂ ਜਿਹਨਾਂ ਨੂੰ ਕਾਲੀ ਹੁੰਦੀ ਹੈ ਹੈ ਨਾ, ਉਹ ਇੱਥੇ ਸਾਈਡ ਉੱਤੋਂ ਹੀ ਮੋਟਰਸਾਈਕਲ ਲੰਘਾਉਣ ਲੱਗ ਜਾਂਦੇ ਸੀਗੇ, ਇਸ ਕਰਕੇ ਇਹਦਾ ਕੰਧ ਗੱਡੀ ਆ ਰਹੀ ਹੈ। ਤਾਂ ਆਪਣੇ ਜਿੰਨੇ ਰਾਪਰ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਦਾ, ਅਤੇ ਜਿਹੜੇ ਹੋਰ ਇੱਧਰ ਬਣ ਵਾਲੇ ਸਾਰਿਆਂ ਨੂੰ ਆਪਾਂ ਨੂੰ ਮਿਲ ਕੇ ਇੱਕ ਸੰਘਰਸ਼ ਕਰਨਾ ਚਾਹੀਦਾ। ਜਿਹੜਾ ਕਿ ਥਰਮਲ ਪਲਾਂਟ ਹੈ, ਇਹ ਆਪਣੇ ਬਹੁਤ ਸਾਰੀਆਂ ਮੰਗਾਂ ਆਪਣੀਆਂ ਪੂਰੀਆਂ ਕਰ ਸਕਦੇ, ਆਪਾਂ ਨੂੰ ਆਪਣੇ ਹੱਕ ਜਾਣਨੇ ਚਾਹੀਦੇ ਆ। ਜੇ ਆਪਾਂ ਕਹੀਏ, ਕੋਈ ਵੀ ਇਹਨਾਂ ਨੇ ਆਪਾਂ ਨੂੰ ਸਹੂਲਤ ਨਹੀਂ ਦਿੱਤੀ, ਆਪਣੀ ਇੰਨੀ ਜ਼ਿਆਦਾ ਜ਼ਮੀਨ ਇਹਨਾਂ ਨੇ ਰੋਕ ਰੱਖੀ ਹੈ। ਕੋਈ ਇੱਥੇ ਆਪਾਂ ਜੇਕਰ ਗੱਲ ਕਰੀਏ ਰਾਜਪੁਰਾ ਥਰਮਲ ਪਲਾਂਟ ਦੀ, ਤਾਂ ਆਸ ਪਾਸ ਦੇ ਪਿੰਡਾਂ ਨੂੰ ਬਹੁਤ ਸਹੂਲਤਾਂ ਦਿੰਦੇ ਨੇ। ਉੱਥੋਂ ਦੇ ਜਿਹੜੇ ਸਕੂਲ ਨੇ, ਲਾਇਬ੍ਰੇਰੀਆਂ ਦਿੱਤੀਆਂ ਨੇ, ਆਪਾਂ ਨੂੰ ਕੀਤਾ ਕੁਛ ਵੀ ਦਿੱਤਾ, ਨਾ ਕੋਈ ਬਿਜਲੀ ਦੇ ਵਿੱਚ ਰਿਆਇਤ ਮਿਲੀ ਹੈ, ਕੁਛ ਵੀ ਮੰਨ ਲਓ ਸਹੂਲਤ ਨਹੀਂ ਮਿਲੀ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਆਪਾਂ ਨੂੰ ਆਪਣੇ ਪਤਾ ਨਹੀਂ ਕਿ ਆਪਾਂ ਕੀ ਹੱਕ ਲੈ ਸਕਦੇ ਹਾਂ। ਜੇਕਰ ਆਪਾਂ ਸੰਘਰਸ਼ ਕਰੀਏ ਤਾਂ ਆਪਾਂ ਇਹਨਾਂ ਤੋਂ ਇਹ ਚੀਜ਼ਾਂ ਲੈ ਸਕਦੇ ਹਾਂ। ਜੇਕਰ ਆਪਾਂ ਇੱਥੇ ਥਰਮਲ ਪਲਾਂਟ ਦੇ ਗੇਟ 'ਤੇ ਜਾ ਕੇ ਬੈਠ ਜਾਈਏ ਨਾ, ਤਾਂ ਮਜਬੂਰ ਹੋ ਜਾਣਗੇ, ਆਪਾਂ ਨੂੰ ਫਿਰ ਸਹੂਲਤਾਂ ਮਿਲਣਗੀਆਂ, ਆਪਣੇ ਆਪ ਕੁਛ ਨਹੀਂ ਮਿਲਦਾ। ਜੇਕਰ ਆਪਾਂ ਇਹ ਫਾਟਕ ਦੀ ਗੱਲ ਕਰੀਏ ਤਾਂ ਜੇਕਰ ਆਪਾਂ ਸੰਘਰਸ਼ ਕਰਾਂਗੇ ਤਾਂ ਇਹਨਾਂ ਨੂੰ ਪੁਲ ਬਣਾਉਣਾ ਪਊਗਾ, ਪਰ ਕੀ ਆਪਾਂ ਨੂੰ ਥੋੜ੍ਹਾ ਅੱਗੇ ਲੱਗਣਾ ਪਊਗਾ। ਜੇਕਰ ਆਪਾਂ ਗੱਲ ਰੁਜ਼ਗਾਰ ਦੀ ਕਰੀਏ, ਸਾਨੂੰ ਇਹ ਲੱਗਦਾ ਸੀ ਜਿਹੜੇ ਇੱਥੇ ਸਾਡੇ ਰਾਪਰ ਬਹਿਣੀ ਵਾਲੇ ਪੇਰੋਂ 'ਚ ਇਹਨਾਂ ਪਿੰਡਾਂ ਦੀ ਜ਼ਮੀਨ ਆਈ ਸੀ ਕਿ ਸਾਨੂੰ ਰੁਜ਼ਗਾਰ ਮਿਲੂਗਾ, ਅਤੇ ਪਰ ਵੀਰ ਸੱਚਾਈ ਦੱਸ ਰਿਹਾ ਕਿ ਜਿਹੜੇ ਆਪਣੇ ਆਸ ਪਾਸ ਦੇ ਪਿੰਡਾਂ ਨੂੰ ਰੁਜ਼ਗਾਰ ਦਿੱਤਾ ਥਰਮਲ ਪਲਾਂਟ? ਨਹੀਂ ਜੀ, ਕੋਈ ਨਹੀਂ ਦਿੱਤਾ ਜੀ। ਸਾਨੂੰ ਅਨਪੜ੍ਹਾਂ ਨੂੰ ਵੀ ਇੱਥੇ ਦਿਹਾੜੀ ਤੇ ਰੱਖਣੋਂ ਹਟ ਗਏ ਜੀ। ਅੱਛਾ, ਹਾਂ ਕਹਿੰਦੇ ਪੜ੍ਹੇ 10ਵੀਂ ਦਾ ਸਰਟੀਫਿਕੇਟ ਲਿਆਓ, 5ਵੀਂ ਦਾ ਸਰਟੀਫਿਕੇਟ ਲਿਆਓ, ਫਿਰ ਰੱਖਾਂਗੇ। ਹੁਣ ਜਿਵੇਂ ਅਸੀਂ ਅਨਪੜ੍ਹ ਆਂਗੇ, ਦੋ ਦੋ ਕਿੱਲੇ ਆਣੇ ਫਿਰਦੇ ਆਂਗੇ, ਸਾਨੂੰ ਕੋਈ ਰੁਜ਼ਗਾਰ ਨਹੀਂ ਇੱਥੇ। ਅਸੀਂ ਬਿਨਾਂ ਜਮਾਂ ਭੁੱਖੇ ਮਰਦੇ ਹਾਂ ਇੱਥੇ, ਸਾਨੂੰ ਕੋਈ ਰੱਖਦਾ ਨਹੀਂਗਾ। ਪੜ੍ਹਿਆ ਨੂੰ ਰੱਖਦੇ ਹਰੇਕ, ਜਾਂ ਫਰਮੈਸੀ ਰੱਖਦੇ। ਪਹਿਲਾਂ ਰੱਖੇ ਸੀ ਸਾਰੇ, ਪਰ ਕੱਢਦੇ? ਹਾਂ, ਪਹਿਲਾਂ ਜਿਹੜੇ ਅਨਪੜ੍ਹ ਸੀ ਸਾਰਿਆਂ ਨੂੰ ਕੱਢੀ ਜਾਂਦੇ ਜੀ। ਅੱਛਾ, ਹਾਂ ਹੁਣ ਕੋਈ ਨਹੀਂ ਅਨਪੜ੍ਹ ਨੂੰ ਰੱਖਦਾ ਇੱਥੇ। ਕਰਨੀ ਦਿਹਾੜੀ ਸਾਨੂੰ, ਜੇ ਪੜ੍ਹੇ ਹੁੰਦੇ ਅਸੀਂ ਕੋਈ ਹੋਰ ਨੌਕਰੀ ਲੱਭ ਲਾਂਦੇ। ਸਾਨੂੰ ਕੋਈ ਇੱਥੇ ਕੋਈ ਸਹੂਲਤ ਨਹੀਂ ਮਿਲਦੀ, ਕੋਈ ਲੈਣ ਨਹੀਂ ਦੇਣੇ, ਅਸੀਂ ਆਹ ਫਿਰਦੇ, ਵਿਹਲੇ ਤੁਰੇ ਫਿਰਦੇ। ਬਾਣ ਸਾਡੇ ਸੀ ਜਿਹੜੇ ਦੋ ਦੋ ਕਿੱਲੇ ਇਹਨੇ ਰੋਕ ਲਏ। ਸੋ ਜਿਵੇਂ ਕਿ ਇਹਨਾਂ ਦਾ ਕਹਿਣਾ ਕਿ ਇਹਨਾਂ ਦਾ ਕੰਮ ਤਾਂ ਇਹਨਾਂ ਦਾ ਦਿਹਾੜੀ ਦਾ, ਇਹਨਾਂ ਚੈੱਕ ਇਹਨਾਂ ਦੀਆਂ ਡਿਗਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਡਿਗਰੀਆਂ। ਜੇ ਇਹਨਾਂ ਕੋਲ ਡਿਗਰੀਆਂ ਹੁੰਦੀਆਂ ਫਿਰ ਇਹਨਾਂ ਨੂੰ ਦਿਹਾੜੀ ਕਰਨ ਦੀ ਕੀ ਲੋੜ ਸੀ? ਹਾਂਜੀ ਬਿਲਕੁਲ, ਇਹਨਾਂ ਨੇ ਸਹੀ ਕਿਹਾ। ਅਸੀਂ ਕੋਈ ਜੇ ਪੜ੍ਹੇ ਹੁੰਦੇ ਅਸੀਂ ਕੋਈ ਦੁਕਾਨ ਪੂਰੀ ਕਰ ਲਾਂਦੇ, ਜਾਂ ਕੋਈ ਹੋਰ ਰੁਜ਼ਗਾਰ ਲਾਉਂਦੇ। ਹਾਂ ਹਾਏ ਤਾਂ ਅਸੀਂ ਅਨਪੜ੍ਹ, ਸਾਨੂੰ ਇਸ ਪੜ੍ਹਾਈ ਦੀ ਕੀ ਲੋੜ ਹੈ, ਕਰਨੀ ਦਿਹਾੜੀ ਹੈ, ਪੜ੍ਹਾਉਣੀ ਇੱਟਾਂ ਮਿਸਤਰੀਆਂ ਨੂੰ। ਸਾਨੂੰ ਇਹੀ ਬੇਨਤੀ ਹੈ ਵੀ ਸਾਨੂੰ ਇੱਥੇ ਦਿਹਾੜੀ ਮਿਲਣੀ ਚਾਹੀਦੀ ਹੈ, ਸਾਨੂੰ ਜਿਹੜੀ ਕੰਪਨੀਆਂ ਦਿਹਾੜੀ ਉਹ ਸਾਨੂੰ ਦਿੱਤੀਆਂ ਜਾਣ, ਅਤੇ ਸਾਨੂੰ ਅਨਪੜ੍ਹਾਂ ਨੂੰ ਇੱਥੇ ਰੱਖਿਆ ਜਾਵੇ। ਲਿਆਈਏ ਕਿਤੇ ਭਾਈਏ ਬਾਹਰ ਦੇ, ਅਤੇ ਅਸੀਂ ਆਹ ਤੁਰੇ ਫਿਰਦੇ ਪਿੰਡਾਂ ਦੇ ਲੋਕ, ਮੈਂ ਇੰਨਾ ਹੀ ਕਹਿਣਾ ਜੀ। ਸੋ ਫਿਰ ਤੋਂ ਇਹੀ ਬੇਨਤੀ ਹੈ ਕਿ ਆਪਾਂ ਨੂੰ ਜਿਹੜੇ ਆਪਣੇ ਪਿੰਡ ਨੇ ਜਿਨ੍ਹਾਂ ਦੀ ਵੀ ਜ਼ਮੀਨ ਆਈ, ਆਪਾਂ ਨੂੰ ਸੰਘਰਸ਼ ਕਰਨਾ ਚਾਹੀਦਾ, ਫਿਰ ਆਪਾਂ ਨੂੰ ਜਿਹੜੇ ਆਪਣੇ ਹੱਕ ਮਿਲਣਗੇ, ਜਿਹੜੀਆਂ ਇਹ ਥਰਮਲ ਪਲਾਂਟ ਤੋਂ ਸਹੂਲਤਾਂ ਆਪਾਂ ਲੈ ਸਕਦੇ ਹਾਂ, ਆਪਾਂ ਨੂੰ ਫਿਰ ਹੀ ਮਿਲਣਗੇ ਜੇਕਰ ਆਪਾਂ ਸੰਘਰਸ਼ ਕਰਾਂਗੇ। ਸੋ ਇਹੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰੇ ਜਿਹੜੇ ਆਪਣੇ ਪਿੰਡ ਆ, ਜਿਹੜੇ ਜਿਵੇਂ ਪੈਂਦੇ ਆ ਬਣਾਵਾਲੀ ਦਾ, ਰਕਬਾ ਆ, ਰਾਏਪੁਰ ਪਿੰਡ ਹੋ ਗਿਆ, ਪੇਰੋਂ ਹੋ ਗਿਆ, ਬਹਿਣੀਵਾਲ ਹੋ ਗਿਆ, ਛੋਟੀ ਤਲਵੰਡੀ ਹੋ ਗਈ, ਸਾਰਿਆਂ ਨੂੰ ਆਪਾਂ ਨੂੰ ਰਲ ਕੇ ਸੰਘਰਸ਼ ਕਰਨਾ ਚਾਹੀਦਾ, ਫਿਰ ਆਪਾਂ ਨੂੰ ਇਹਨਾਂ ਤੋਂ ਜਿਹੜੀ ਆਪਾਂ ਸਹੂਲਤਾਂ ਲੈ ਸਕਦੇ ਹਾਂ। ਧੰਨਵਾਦ।